ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਲੱਗੇ ਹਾਂ ਜੀ ਬੂਟੇ ਲਾਉਣ, ਅਤੇ ਦੁਪਹਿਰ ਦਾ ਟਾਈਮ ਆ, ਧੁੱਪ ਧੱਪ ਸੁੱਕਣਾ ਵਾਹਵਾ ਚੜ੍ਹੀ ਆ, ਅਤੇ ਬੂਟੇ ਡੇ ਲਾਉਣ, ਅਤੇ ਉਹਦਾ ਤੁਹਾਨੂੰ ਉਹਦੇ ਬਾਰੇ ਦੱਸਦੇ ਹਾਂ, ਠੀਕ ਆ। ਅਤੇ ਵੀਡੀਓ ਹੁਣ ਆਪਾਂ ਇੱਦਾਂ ਦੀਆਂ ਪਾਇਆ ਕਰਦੇ ਹਾਂ, ਕੰਮਾਂ ਕਾਰਾਂ ਵਾਲੀਆਂ, ਜਿਹੜੇ ਕੰਮ ਕਾਰ ਕਰਦੇ ਹਾਂ ਉਹਦੇ ਬਾਰੇ ਹੀ ਮੈਂ ਦੱਸਿਆ ਕਰੀਏ, ਵੀ ਲੋਕਾਂ ਨੂੰ ਪਤਾ ਲੱਗ ਜੇ ਪੀਟ ਲਈ ਕਿੱਡੇ ਕਿਹੜੇ ਕੰਮ ਕਾਰ ਆ। ਅਤੇ ਆਹ ਆਪਣੇ ਨਾਲ ਸਹਿਯੋਗੀ ਆ, ਠੀਕ ਆ ਮਹਾਰਾਜ, ਤੁਸੀਂ ਵੀ ਹਲਵਾਏ ਕਹਿ ਦਿਓ, ਠੀਕ ਆ। ਹੁਣ ਆਪਾਂ ਤੁਹਾਨੂੰ ਗਾੜੀ ਦਾ ਕਾਰਿਆਕ੍ਰਮ ਵਿਖਾਉਂਦੇ ਹਾਂ। ਬਲਦੇਵ ਸਿੰਘ ਜੀ ਭੀਲੇ ਵਾਲੇ ਉਹ ਡਏ ਆ, ਅਤੇ ਆਹ ਵੀਰ ਆਪਣਾ ਡਿਆ ਬੂਟੇ ਲਾਉਣ। ਉਹ ਖਲੋ ਜਾ ਭਰਾਵਾ, ਦੱਸ ਕੋਈ ਵਿਚਾਰ ਇਟਲੀ ਬਾਰੇ। ਇਹਨੂੰ ਕਹਿ ਦਿੰਦੇ ਪਦੇਲਾ, ਸਹਿਦਨੋਂ ਕਹਿ ਦਿੰਦੇ ਇਹਨੂੰ, ਜਿਹਦੇ ਬੂਟੇ ਆ। ਅਤੇ ਆਪਾਂ ਵਿਚਾਰ ਪੁੱਛ ਲਈਏ ਵੀਰਾਂ ਕੋਲੋਂ। ਭਾਅ ਜੀ ਦੱਸੋ ਇਟਲੀ ਕਿੱਦਾਂ ਲੱਗੀ ਤੁਹਾਨੂੰ? ਫਿਰ ਵੀ ਤੁਹਾਡਾ 8-9 ਮਹੀਨਿਆਂ ਦਾ ਤਜਰਬਾ ਵਾ ਇਟਲੀ ਦੇ ਵਿੱਚ। ਇਟਲੀ ਬਹੁਤ ਵਧੀਆ, ਉਹ ਪਰਲਾ ਕਿਹੜਾ ਪਰਲੇ ਪਾਸੇ ਲੱਗਾ ਵੀਰ ਨਾ, ਹਾਂਜੀ ਉਹਨੇ ਇਟਲੀ ਦੇ ਬਹੁਤ ਤਰ੍ਹਾਂ ਦਾ ਪਾਣੀ ਪੀ ਚੁੱਕਾ। ਨਹੀਂ ਤੁਸੀਂ ਆਪਣੀ ਗੱਲ ਕਰੋ, ਕਿਸੇ ਨੂੰ? ਮੈਨੂੰ ਵਧੀਆ, ਠੀਕ ਆ ਵਧੀਆ। ਮੈਨੂੰ ਇਸ ਤਰ੍ਹਾਂ ਆ, 2 ਲੱਖ ਰੁਪਇਆ ਲੱਗਾ ਆ, ਹਾਂਜੀ ਤੂੰ ਉਹਨੇ ਜੀ ਆਪ ਹੀ ਲਵਾਇਆ ਆ, ਠੀਕ ਆ ਹਾਂਜੀ ਸਹੀ ਆ, 2 ਲੱਖ ਦੇ ਲਵਾਇਆ। ਤੇ ਜਿਹੜਾ ਥੋੜੇ ਕੁ ਟਾਈਮ ਬਾਅਦ ਲੱਕ ਚੁੱਕ ਲੈਂਦੇ ਜੋ ਉਹਦਾ ਕੀ ਵੀਰ ਜੀ? ਇਸ ਤਰ੍ਹਾਂ ਇਹਦਾ ਦੇਪੇ ਆ, ਉਦੋਂ ਦਾ ਲੱਕ ਦਰਦ ਹੋਣ ਡਿਆ, ਤੇ ਪਰ ਕੰਮ ਨੂੰ ਇਦਾਂ ਲੱਗੇ ਰਹਿਣਾ, ਕੰਮ ਨੂੰ ਲੱਗਣਾ ਹੀ ਪੈਣਾ ਵੀਰ ਜੀ, ਘਰੇ ਨਹੀਂ ਆ, ਇਹ ਘਰ ਹੋਵੇ ਤਾਂ ਬਹਿ ਜਾਂਦਾ ਬੰਦਾ, ਤਾਂ ਨਹੀਂ ਨਹੀਂ ਨਾ ਜਾਂ ਆਵਾਂਗੇ ਇੱਥੇ ਕੰਮ ਨਹੀਂ ਮਿਲਣਾ। ਤੇ ਮਤਲਬ ਚਲੋ ਗੱਲ ਪੁੱਛਣ ਲੱਗਾ ਵਾ, ਉਹ ਸਿਰੇ ਤੋਂ ਲੈ ਕੇ ਜੈ ਸਿਰੇ ਤੱਕ ਪਿੰਡ ਆੜ ਖਾ ਲੈਣੀ ਹੁੰਦੀ, ਤੇ ਕਿੰਨੀ ਵਾਰੀ ਬਹਿਣਾ ਸੀ ਪਿੰਡ? ਬਹਿਣਾ ਵੱਖਰੀ ਗੱਲ ਸੀ, ਪਾਣੀ 5-7 ਵਾਰੀ ਪੀ ਲੈਣਾ ਸੀ, ਠੀਕ ਆ। ਤੇ ਇੱਥੇ ਕਿੰਨੀ ਵਾਰੀ ਪੀਤਾ ਜੀ? ਇੱਥੇ ਦੇ ਵੀਰ ਜੀ ਅਜੇ ਇੱਕ ਘੁੱਟ ਵੀ ਨਹੀਂ ਪੀਤਾ, ਘੁੱਟ ਇੱਕ ਪਾਣੀ ਨਹੀਂ ਪੀਤਾ, ਮਾਲਕ ਸਾਹਮਣੇ ਆ, ਠੀਕ ਆ, ਪਾਣੀ ਪੀਣਾ ਉਹਨਾਂ ਨੇ, ਫਿਰ ਕੰਮ ਕਰਨਾ ਤੇ ਪਾਣੀ ਪੀਣਾ ਆ, ਠੀਕ ਆ ਹਾਂਜੀ। ਤੇ ਤੁਹਾਡਾ ਵੀਰ ਜੀ ਕੀ ਤਜਰਬਾ ਇਟਲੀ ਬਾਰੇ? ਤਜਰਬਾ ਕੀ, ਕੰਮ ਕਰੋਗੇ ਤਾਂ ਸਾਰਾ ਕੁਝ ਆ ਭਾਈ, ਹਾਂਜੀ। ਤੇ ਲੱਕ ਬਾਰੇ ਕੀ? ਲੱਕ ਦਾ ਲੱਕ ਤੋੜ ਕੇ ਕੰਮ ਕਰਨਾ ਪੈਣਾ ਵੀਰ, ਹਾਂਜੀ, ਸਾਰੀ ਦਿਹਾੜੀ ਗੋਪੀ ਬਣੇ ਰਹਿਣਾ ਪੈਂਦਾ, ਠੀਕ ਆ, ਗੋਪੀ ਦਾ ਬਾਕੀ ਤੁਹਾਨੂੰ ਪਤਾ ਹੀ ਆ, ਠੀਕ ਆ। ਤੇ ਹੋਰ ਵੀਰ ਜੀ, ਆਪਣਾ ਨਵਾਂ ਬੰਦਾ ਜਿਹੜਾ ਕੋਈ ਆਉਣ ਡਿਆ ਉਹਦੇ ਬਾਰੇ ਕੀ? ਉਹਦੇ ਬਾਰੇ ਇਹੋ ਹੀ ਆ, ਸਾਡਾ ਵੇਖ ਕੇ ਰੋਗ ਝੂੜਾ ਜਹਾਜ਼ ਦਾ ਪਹਿਲਾਂ ਆਉਂਦੇ ਆ, ਚਾਹੀਦਾ ਇਟਲੀ ਦਾ ਨਾਂ ਆ, ਇਟਲੀ ਜਾਣਾ ਜਾਣਾ ਸੀ, ਤੇ ਪਤਾ ਇੱਥੇ ਲੱਗਦਾ ਆਣ ਕੇ, ਠੀਕ ਆ, ਕੀ ਕੰਮ ਕਰਨਾ ਕੀ ਨਹੀਂ ਕਰਨਾ, ਉੱਥੇ ਆਖਦੇ ਖੇਤੀਬਾੜੀ, ਅਸੀਂ ਖੇਤੀਬਾੜੀ ਕੀ ਅਸੀਂ ਗਾਰ ਹੀ ਲੈਣਾ, ਪਰ ਇੱਥੇ ਪਤਾ ਲੱਗਦਾ ਕਿ ਲੱਕ ਤਾਂ ਪੁੱਟੀਏ ਤਾਂ ਪਤਾ ਲੱਗਦਾ ਸਭ ਕੁਝ ਯਾਦ ਆਉਂਦਾ, ਠੀਕ ਆ ਹਾਂਜੀ। ਤੇ ਬਾਕੀ ਕੁੱਲ ਮਿਲਾ ਕੇ ਕੰਮ ਕਰਨ ਵਾਲੇ ਵੀ ਪੈਸੇ ਹੈਗੇ ਆ? ਹਾਂਜੀ ਪੈਸੇ ਹੈਗੇ ਆ, 4 ਪੈਸੇ ਹੈਗੇ, ਕਹਿੰਦੇ ਕੰਮ ਕਰਨਾ ਤੇ, ਹਾਂ ਕਹਿੰਦੇ ਮੇਰੇ ਵਰਗਾ ਵਿਹਲਾ ਆਇਆ ਬੈਠਾ, ਹੁਣ ਮੈਂ ਕਿਹਾ 4 ਕੁ ਦਿਹਾੜੀਆਂ ਲਾ ਦਿਆਂ, 4 ਖਾ ਲੈਣਾ ਆ, ਉਹ ਕੰਮ ਨਹੀਂ ਹੋਣਾ, ਠੀਕ ਆ ਹਾਂਜੀ। ਤੇ ਆਹ ਸੇਰੇ ਆ ਆਪਾਂ ਕੱਲ ਪਰਸੋਂ ਦੇ ਲਾਏ ਸੀ, ਤੇ ਜਾ, ਠੀਕ ਆ। ਚਲੋ ਜਿਹੜਾ ਕੋਈ ਨਵਾਂ ਆਉਣ ਵਾਲਾ ਉਹਦੇ ਲਈ ਸੁਣਿਆ ਵੀ ਕੀ ਕੰਮ ਕਰੇ ਤੇ ਇੱਥੇ ਕਾਮਯਾਬ ਆ? ਕਾਮਯਾਬ ਸਾਰੇ ਹੀ ਆ, ਇੱਥੇ ਆ ਜੂਗਾ ਤੇ ਉੱਥੋਂ ਦੀ ਆ ਕੇ ਆਉਂਦੇ, ਮਿਹਨਤੀ ਬੰਦਾ ਕਾਮਯਾਬ ਆ ਵੀਰ, ਦੂਜਾ ਨਹੀਂ। ਬਾਕੀ ਇਹ ਇਕੱਲੇ ਹੀ ਜਿਹੜੀ ਖੇਤੀ ਹੈ ਨਾ, ਤਕਰੀਬਨ ਜਿੰਨਾ ਕੁ ਮੈਂ ਹਿਸਾਬ ਲਾ, ਇਹ ਦਿਮਾਗ 'ਤੇ ਬੜਾ ਡਿਪੈਂਡ ਕਰਦੀ ਹੈ, ਦਿਮਾਗ ਵੀ। ਇਹ ਨਹੀਂ ਵੀ ਆਪਾਂ ਕਹਿ ਦਈਏ ਖੇਤੀਬਾੜੀ ਦਾ ਕੰਮ ਆ ਅਤੇ ਹੈ ਨਾ, ਵੀ ਜਿਹਨੂੰ ਨਹੀਂ ਵੀ ਜਿਹਦਾ ਨਹੀਂ ਵੀ ਦਿਮਾਗ ਇੰਨਾ ਚੱਲਦਾ ਉਹ ਵੀ ਕਰੀ ਕੁਰੀ ਜਾਊਗਾ।
ਇਹ 'ਚ ਵੀ ਦਿਮਾਗ ਲੱਗਦਾ ਅਤੇ ਇਹ ਕੰਮ ਦਾ ਵੀ ਮਤਲਬ ਇੱਕ ਤਕਨੀਕ ਜੀ ਹੁੰਦੀ ਆ ਤਰੀਕਾ ਹੁੰਦਾ ਚਲੋ ਇੱਥੇ ਆ ਕੇ ਪਤਾ ਲੱਗ ਜਾਂਦਾ ਕਿੱਦਾਂ ਬਾਕੀ ਬੋਲੀ ਵੀ ਹੈ ਵਾ ਬਾਕੀ ਇਹ ਆ ਵੀ ਗਾੜੀ ਪੇਪਰ ਵੀ ਚਾਹੀਦੇ ਠੀਕ ਆ ਸਹੀ ਆ ਚਲੋ ਆਪਣੇ ਕੰਮ ਕਾਰ ਦਾ ਪਤਾ ਕਰਕੇ ਆਓ ਕੰਮ ਹਾਲ ਫਿਲਹਾਲ ਘੱਟ ਹੀ ਆ ਅਤੇ ਵੀਰ ਇਸ਼ਾਰੇ ਜੇ ਮਰ ਜਾਂਦਾ ਵਾ ਵੀ ਪਤਾ ਨਹੀਂ ਆਉਂਦਾ ਜਾਂ ਉੱਧਰੋਂ ਵੀਡੀਓ ਬਣਾ ਕੇ ਪਤਾ ਨਹੀਂ ਆਉਂਦਾ ਵੀ ਉਹ ਲਾ ਲਾ ਅੱਛਾ ਲਾ ਮੈਂ ਤਾਂ ਵੀਡੀਓ ਵੀਡੀਓ ਬਣਾਇਆ ਸਰ ਜਾਣਾ ਤੁਰ ਫਿਰ ਕੇ ਠੀਕ ਆ ਚਲੋ ਜੀ ਠੀਕ ਆ ਮਿੱਤਰੋ ਘਾਹ ਕੱਢਣ ਡੇ ਹਾਂ ਅਤੇ ਦੇਖ ਲਓ ਇਡਲੀ ਦੀ ਕਮਾਈ ਇੱਦਾਂ ਹੁੰਦੀ ਜੇ ਗੋਡੇ ਲਾ ਕੇ ਦੇਖਣਾ ਕਹਿ ਦੇਣਾ ਕੋਠੀ ਪਾ ਲਈ ਆ ਪਿੰਡ ਪਤਾ ਨਹੀਂ ਕਿੱਥੋਂ ਆਉਂਦੇ ਆ ਇੱਥੋਂ ਹੀ ਆਉਂਦੇ ਆ ਠੀਕ ਆ ਇੱਦਾਂ ਗੋਡੇ ਲਾ ਕੇ ਕਮਾਈ ਹੁੰਦੀ ਜੇ ਤਾਂ ਹੀ ਰੱਬ ਨੇ ਗੋਡੇ ਦਿੱਤੇ ਆ ਮੈਂ ਤਾਂ ਨਿੱਕੇ ਹੁੰਦਾ ਬੀਬੀ ਮੇਰੀ ਵੀ ਆਉਂਦੀ ਹੁੰਦੀ ਸੀ ਵੀ ਰਿੜਦਾ ਬੜਾ ਉਹਨੂੰ ਪਤਾ ਇਟਲੀ ਜਾ ਕੇ ਵੀ ਇੱਦਾਂ ਹੀ ਰਿੜਨਾ ਜਾਪਦਾ ਇਹਨੇ ਕੰਮ ਕਾਰ ਕਰਨੇ ਏਡੇ ਸੌਖੇ ਨਹੀਂ ਹੈਗੇ ਬਾਕੀ ਮਿਹਨਤ ਹੀ ਬੰਦਾ ਕਾਮਯਾਬ ਆ ਇਟਲੀ 'ਚ ਨਿਕੰਮਾ ਬੰਦਾ ਨਹੀਂ ਕਾਮਯਾਬ ਠੀਕ ਆ ਇੱਦਾਂ ਮਿਹਨਤ ਕਰਨੀ ਪੈਂਦੀ ਜੀ ਬਸ ਕਰੀਏ ਉਸਤਾਦ ਬਹੁਤ ਇੰਨਾ ਟੋਟਾ ਫੋਨ 'ਤੇ ਵਿਖਾ ਦੇ ਹਾਂਜੀ ਵੀਰ ਜੀ ਕੰਮ ਆਪਣਾ ਨਿਬੜ ਗਿਆ ਵਾ ਅਤੇ ਰੁਲੇ ਖੁਲੇ ਆਪਾਂ ਪੂਰੇ ਹਾਂ ਠੀਕ ਆ ਉਹ ਵੇਖ ਲਓ ਉਹ ਕਿੱਥੇ ਜਾ ਕੇ ਮੁੱਕਦਾ ਫੀਲਾ ਫੀਲਾ ਕਹਿੰਦੇ ਵੱਟ ਨੂੰ ਵੱਟ ਬਣਾਉਣ ਲੱਗਾ ਖਣੀ ਮਾਲਕ ਦੇ ਟਰੈਕਟਰ ਦੀ ਬ੍ਰੇਕ ਨਹੀਂ ਲੱਗੀ ਆ ਉਹ ਗਾਂਹ ਤੱਕ ਹੀ ਚਲ ਗਿਆ ਅਤੇ ਬਾਕੀ ਕੰਮਕਾਰ ਦੀ ਵੀਡੀਓ ਆਪਾਂ ਤਾਂ ਪਾਈ ਦੀ ਆ ਵੀ ਐਵੇਂ ਰੀਸੋ ਰੀਸ ਨਾ ਤੁਰੇ ਆਉਣ ਲੋਕ ਵੀ ਕਿਸੇ ਵੇਲੇ ਕਈਆਂ ਦਾ ਕੰਮਕਾਰ ਸੂਤਰ ਵੀ ਹੁੰਦਾ ਵਾ ਅਤੇ ਐਵੇਂ ਤੁਰੇ ਆਉਂਦੇ ਆ ਵੀ ਪਤਾ ਨਹੀਂ ਉੱਥੇ ਜਾ ਕੇ ਘਣੀ ਘੁੰਮਣ ਵਾਲੀ ਕੁਰਸੀ 'ਤੇ ਬਹਿਣਾ ਅਤੇ ਇਸ ਕਰਕੇ ਆਪਾਂ ਕੰਮਕਾਰ ਵਾਲੀ ਵੀਡੀਓ ਨਾਲ ਵਿਖਾਈ ਦੀ ਆ ਇਹ ਡਰਾਈਦਾ ਨਹੀਂ ਆ ਮਤਲਬ ਅਤੇ ਬਾਕੀ ਇਹ ਆ ਵੀ ਕੋਟਾ ਆ ਗਿਆ ਵਾ ਜਿਹਨਾਂ ਜਿਹਨਾਂ ਪੇਪਰ ਪਰੇ ਸੀ ਹੈ ਨਾ ਉਹਨਾਂ ਦਾ ਕੋਟਾ ਆ ਗਿਆ ਅਤੇ ਉਹ ਆਪਾਂ ਨਾਲ ਵੀਡੀਓ ਫੋਟੋ ਮੈਂ ਲਾ ਦੂੰਗਾ ਕੋਟੇ ਵਾਲੀ ਲਿਸਟ ਦੀ ਚਲੋ ਜੀ ਠੀਕ ਆ ਜੀ ਹੁਣ ਘਰ ਚੱਲੀਏ ਠੀਕ ਆ ਹੋਰ ਭਾਅ ਜੀ ਤੁਸੀਂ ਕੁਝ ਦੱਸਣਾ ਚਾਹੋਗੇ ਵੀਰ ਹੁਣ ਮੂੰਹ ਇਹ ਆ ਬੰਦੇ ਹੁੰਦੇ ਨਾ ਜਿਹੜੇ ਇਹੋ ਜਿਹੇ ਵੀਰ ਇਹ ਸੱਚਾਈ ਨਹੀਂ ਦੱਸਦੇ ਇਟਲੀ ਦੀ ਇਹ ਟੌਰ ਟੱਪੇ ਵਾਲੀਆਂ ਵੀਡੀਓ ਪਾਉਂਦੇ ਆ ਅਤੇ ਲੋਕ ਇਹਨਾਂ ਨੂੰ ਵੇਖ ਕੇ ਇਟਲੀ ਭੱਜੇ ਆਉਂਦੇ ਆ ਵੀ ਪਤਾ ਨਹੀਂ ਕੀ ਆ ਆਪਾਂ ਤੁਹਾਨੂੰ ਸੱਚਾਈ ਵਿਖਾਈ ਇਟਲੀ ਦੀ ਠੀਕ ਹੈ ਚਲੋ ਠੀਕ ਆ ਵੀਰ ਜੀ ਚੱਲੀਏ ਕੰਮ ਦੇ ਰੁਲੇ ਖੁਲੇ ਆ ਵੇਖੋ ਵਾਲ ਵੀ ਆਹ ਮਿੱਤਰੋ ਪਾਣੀ ਲਾ ਦਿੱਤਾ ਵਾ ਅਤੇ ਇਸ ਤੋਂ ਬਾਅਦ ਆਪਾਂ ਆਹ ਬੂਟੇ ਲਾਉਣੇ ਆ ਠੀਕ ਆ ਇਟਲੀ ਦੇ ਇਹ ਵਾ ਕੰਮ ਕਾਰ ਠੀਕ ਆ ਇੱਧਰ ਆ ਲਾਏ ਆ ਇੱਧਰ ਮਾਲਕ ਨੇ ਆਪਣੇ ਖਾਣ ਖੂਣ ਜੋਗੀ ਸਬਜ਼ੀ ਲਾਈ ਠੀਕ ਆ ਹੈਲੋ ਕਹਿ ਦਿਓ ਭਾਅ ਜੀ ਠੀਕ ਸਹੀ ਆ ਜੀ ਅਤੇ ਬਾਕੀ ਜਿਹੜੀ ਕੋਟੇ ਦੀ ਲਿਸਟ ਆ ਉਹ ਮੈਂ ਤੁਹਾਨੂੰ ਸਾਰੀ ਦੀ ਸਾਰੀ ਅੱਗੇ ਸ਼ੋਅ ਕਰ ਦੂੰਗਾ ਅਤੇ ਆਪਣੀ ਸਿਟੀ ਦੇ ਹਿਸਾਬ ਨਾਲ ਤੁਸੀਂ ਵੇਖ ਸਕਦੇ ਹੋ ਵੀ ਕਿੰਨਾ ਕੋਟਾ ਕੀ ਆ ਠੀਕ ਆ ਅਤੇ ਕੰਮ ਕਾਰ ਮੈਂ ਤਾਂ ਹੀ ਤੁਹਾਨੂੰ ਇੱਥੇ ਵਿਖਾਉਂਦਾ ਰਹਿੰਦਾ ਵੀ ਪਤਾ ਲੱਗ ਜੇ
ਕਿਉਂਕਿ ਕਈਆਂ ਨੂੰ ਹੁੰਦਾ ਵੀ ਕੰਮ ਸੌਖੇ ਆ ਜਾਂ ਇੱਦਾਂ ਉੱਦਾਂ ਵਾ, ਬਾਕੀ ਚਲੋ ਮਿਹਨਤ ਤਾਂ ਕਰਨੀ ਪੈਣੀ ਇੱਥੇ ਵੀ ਕਈਆਂ ਦਾ ਵਧੀਆ ਇੰਡੀਆ ਸੂਤਰ ਹੁੰਦਾ ਵਾ ਅਤੇ ਉਹ ਐਵੇਂ ਲੋਕ ਰੀਸੋ ਰੀਸ ਆ ਜਾਂਦੇ ਆ ਅਤੇ ਫਿਰ ਇੱਥੇ ਆ ਕੇ ਪਛਤਾਉਂਦੇ ਆ ਵੀ ਯਾਰ ਕਿੱਥੇ ਔਖੇ ਕੰਮਾਂ 'ਚ ਫਸ ਗਏ ਹਾਂ, ਵੀ ਹਾਰਡ ਵਰਕ ਹੀ ਆ ਤਕਰੀਬਨ ਇੱਥੇ, ਅਤੇ ਤਾਂ ਕਰਕੇ ਆਪਾਂ ਕੰਮ ਕਾਰ ਦੀ ਵੀਡੀਓ ਨਾਲ ਪਾਉਂਦੇ ਰਹੀਦਾ। ਚਲੋ ਠੀਕ ਆ ਜੀ, ਫਿਰ ਕੇ ਅਗਲੀ ਵੀਡੀਓ 'ਚ ਬਣਾਵਾਂਗੇ, ਜਦੋਂ ਕਿਤੇ ਅਗਲੀ ਵੀਡੀਓ ਕੋਈ ਗੱਲਬਾਤ ਪਤਾ ਲੱਗੂਗੀ ਦੱਸਾਂਗੇ, ਜਾਂ ਕਿਸੇ ਕੰਮ ਕੁੰਮ 'ਤੇ ਹੋਵਾਂਗੇ ਅਤੇ ਉਹ ਕੰਮ ਦੇ ਬਾਰੇ ਦੱਸਾਂਗੇ ਕਿੱਦਾਂ। ਅਤੇ ਆਹ ਹੁਣ ਆਪਾਂ ਬੂਟੇ ਲਾ ਲਈਏ।